ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਐਲਾਨੇ ਉਮੀਦਵਾਰ ਡਾਕਟਰ ਅਮਰ ਸਿੰਘ ਦਾ ਹਲਕੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ। ਵਾਲਮੀਕਿ ਭਾਈਚਾਰੇ ਦੇ ਆਗੂ ਤੇ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਕੁਲਦੀਪ ਸਹੋਤਾ ਨੇ ਵਾਲਮੀਕਿ ਭਾਈਚਾਰੇ ਨੂੰ ਟਿਕਟ ਨਾ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਦੇ ਨਾਲ ਨਾਲ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਉਧਰ ਇਸ ਸੰਬੰਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਉਹ ਨਾਰਾਜ਼ ਵਰਕਰਾਂ ਨੂੰ ਮਨਾਉਣ ਲਈ ਘਰ ਘਰ ਜਾਣਗੇ। ਹੁਣ ਵੇਖਣਾ ਇਹ ਹੈ ਕਿ ਵਰਕਰਾਂ ਦੀ ਨਾਰਾਜ਼ਗੀ ਕੀ ਰੂਪ ਲੈਂਦੀ ਹੈ। ਮੈਂ ਨਾ ਅੱਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਦਾ ਵਿਗਲ ਵੱਜਿਆ ਹੋਇਆ ਔਰ ਉਸ ਦੇ ਵਿੱਚ ਜਿਹੜੀਆਂ ਰਿਜ਼ਰਵ ਸੀਟਾਂ ਸੀਗੀਆਂ ਕਾਂਗਰਸ ਪਾਰਟੀ ਵੱਲੋਂ ਉਹਨਾਂ ਦਾ ਸੰਪੂਰਨ ਜਿਹੜੀਆਂ ਰਿਜ਼ਰਵ ਸੀਟਾਂ ਨੇ ਉਹਨਾਂ ਦਾ ਐਲਾਨ ਹੋ ਚੁੱਕਿਆ ਔਰ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਜਿਹੜੀਆਂ ਰਿਜ਼ਰਵ 4 ਸੀਟਾਂ ਨੇ ਉਹਨਾਂ ਦੇ ਵਿੱਚ ਵਾਲਮੀਕਿ ਸਮਾਜ ਨੂੰ ਜੋ ਬਣਦਾ ਹੱਕ ਸੀਗਾ ਉਹ ਕਾਂਗਰਸ ਪਾਰਟੀ ਵੱਲੋਂ ਬਿਲਕੁਲ ਇਗਨੋਰ ਕੀਤਾ ਗਿਆ ਔਰ ਜਦਕਿ ਜਿਹੜੀ ਵੋਟ ਹੈ ਸਾਡੇ ਵਾਲਮੀਕਿ ਸਮਾਜ ਦੀ ਅਤੇ ਐਸ ਸੀ ਸਮਾਜ ਦੀ ਅੱਧੋ ਅੱਧ ਵੋਟ ਹੈ ਔਰ ਸਾਡੀਆਂ ਜਿਹੜੀਆਂ 2 ਸੀਟਾਂ ਬਣਦੀਆਂ ਸੀ ਵਾਲਮੀਕਿ ਮਜ਼੍ਹਬੀ ਸਿੱਖ ਭਾਈਚਾਰੇ ਦੀਆਂ ਉਹਨਾਂ ਦੇ ਵਿੱਚੋਂ 4 ਸੀਟਾਂ ਦੇ ਵਿੱਚੋਂ ਇੱਕ ਵੀ ਸੀਟ ਵਾਲਮੀਕਿ ਸਮਾਜ ਨੂੰ ਨਹੀਂ ਦਿੱਤੀ ਗਈ। ਇਸ ਦੇ ਨਾਲ ਵਾਲਮੀਕਿ ਸਮਾਜ ਦੇ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਔਰ ਇਸ ਕਰਕੇ ਮੈਂ ਦੱਸਣਾ ਵੀ ਚਾਹੁੰਦਾ ਕਿਉਂਕਿ ਕਾਂਗਰਸ ਦੇ ਵਿੱਚ ਅਸੀਂ ਲਗਾਤਾਰ ਸਪੋਰਟ ਕਰਦੇ ਆ ਰਹੇ ਹਾਂ ਔਰ ਪਿੱਛੇ ਜਿਹੜੀਆਂ ਬਲਾਕ ਸਮਿਤੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਵੀ ਵਾਲਮੀਕਿ ਸਮਾਜ ਨੂੰ ਬਿਲਕੁਲ ਖੋਲ੍ਹੇ ਕੀਤਾ ਗਿਆ ਔਰ ਬਣਦਾ ਸਤਿਕਾਰ ਨਹੀਂ ਦਿੱਤਾ ਗਿਆ। ਮੈਂ ਕਾਂਗਰਸ ਪਾਰਟੀ ਦੇ ਵਿੱਚ ਸੂਬਾ ਸੈਕਟਰੀ ਦੇ ਅਹੁਦੇ ਤੇ ਕੰਮ ਕਰ ਰਿਹਾ। ਸਾਨੂੰ ਬਿਲਕੁਲ ਵੀ ਪੁੱਛਗਿੱਛ ਨਹੀਂ ਕੀਤੀ ਗਈ ਵੀ ਕਿਹੜੀ ਜ਼ਿਲ੍ਹਾ ਪ੍ਰੀਸ਼ਦ ਕਿੱਥੇ ਕਿਹੜੇ ਬਰਾਦਰੀ ਦਾ ਕੌਣ ਬੰਦਾ ਲੜਾਉਣਾ। ਸੋ ਉਸ ਦੇ ਵਿੱਚ ਵਾਲਮੀਕਿ ਸਾਹਿਬ ਨੂੰ ਬਿਲਕੁਲ ਫਤਿਹਗੜ੍ਹ ਸਾਹਿਬ ਦੇ ਵਿੱਚ ਇਗਨੋਰ ਕੀਤਾ ਗਿਆ ਮੌਜੂਦਾ MLA ਵੱਲੋਂ। ਸੋ ਇਸ ਕਰਕੇ ਸਾਨੂੰ ਮਹਿਸੂਸ ਹੋ ਰਿਹਾ ਸੀ ਵੀ ਚਲੋ ਪਾਰਲੀਮੈਂਟ ਦੀ ਇਲੈਕਸ਼ਨ ਵਿੱਚ ਵਾਲਮੀਕਿ ਸਮਾਜ ਨੂੰ ਕੁਝ ਬਣਦਾ ਸਨਮਾਨ ਮਿਲੇਗਾ ਪਰ ਜਦੋਂ ਹੁਣ ਅਨਾਊਂਸ ਹੋਇਆ ਉਹਦੇ ਵਿੱਚ ਵਾਲਮੀਕਿ ਸਮਾਜ ਬਿਲਕੁਲ ਇਗਨੋਰ ਕੀਤਾ ਗਿਆ। ਮੈਂ ਇਸ ਗੱਲ ਦੀ ਹੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਕਿ ਜਿਹੜਾ ਕਿ ਸਾਨੂੰ ਇਗਨੋਰ ਕੀਤਾ ਗਿਆ। ਸੋ ਮੈਂ ਇਸ ਕਰਕੇ ਅੱਜ ਮੀਡੀਆ ਨੂੰ ਮੁੱਖ ਸਮਾਪਤਕ ਬੋਲਦਾ ਹੋਇਆ ਇਹ ਕਹਿਣਾ ਚਾਹੁੰਦਾ ਵੀ ਅੱਜ ਜਿਹੜੀ ਸਾਡੀ ਕਾਂਗਰਸ ਦੀ ਨਾਲ ਸਾਡਾ ਧੱਕਾ ਹੋਇਆ ਗਿਆ, ਕਾਂਗਰਸ ਨੇ ਧੱਕਾ ਕੀਤਾ ਔਰ ਅਸੀਂ ਵਿਰੋਧ ਕਰਦੇ ਹਾਂ ਇਸ ਗੱਲ ਦਾ ਔਰ ਡਟ ਕੇ ਵਿਰੋਧ ਕਰਾਂਗੇ। ਮੈਂ ਇਹ ਮੰਗ ਕਰਦਾ ਕਿ ਜੇ ਮੁੜ ਤੋਂ ਇਹ ਨਾ ਦੁਹਰਾਇਆ ਗਿਆ ਮੈਂ ਐਲਾਨ ਕਰਦਾ ਅੱਜ ਵੀ ਇਸ ਜਿਹੜਾ ਸਾਡੇ ਨਾਲ ਧੱਕਾ ਹੋਇਆ ਉਸ ਨੂੰ ਜ਼ਹਿਰ ਨਾ ਕਰਦਾ ਹੋਇਆ ਸਹਿਣ ਨਾ ਕਰਦਾ ਹੋਇਆ ਮੈਂ ਸ੍ਰੀ ਫਤਿਹਗੜ੍ਹ ਸਾਹਿਬ ਹਲਕਾ ਤੋਂ ਆਜ਼ਾਦ ਚੋਣ ਲੜ ਕੇ ਵਾਲਮੀਕਿ ਸਮਾਜ ਨੂੰ ਇਕੱਠਾ ਕਰਕੇ ਇਨਸਾਫ਼ ਦਿਵਾਉਣ ਦੀ ਗੱਲ ਕਰਾਂਗਾ। ਜਿਹੜੇ ਸੈਂਟਰਲ ਵਾਲਮੀਕਿ ਸਭਾ ਦੇ ਪ੍ਰਧਾਨ ਨੇ ਸਾਰੇ ਹਿੰਦੁਸਤਾਨ ਉਹ ਤਾਂ ਹੁਣੇ ਮੇਰਾ ਸਵਾਗਤ ਕਰਕੇ ਗਏ ਹੋਰ ਹੈਗੇ ਨੇ ਜੀ ਸੁਦੀਪ ਸੋਤਾ ਮੈਨੂੰ ਜੀ ਉਹਨਾਂ ਦਾ ਪਤਾ ਜੀ ਮੈਨੂੰ ਜੀ ਉਹਨਾਂ ਦਾ ਪਤਾ ਮਤਲਬ ਕਿਵੇਂ ਚਲੋ ਨਾਲ ਲੈ ਕੇ ਦਿਖਾਉਣਾ ਨੂੰ ਹਾਂਜੀ ਅਸੀਂ ਖੜੇ ਆ ਜੀ ਵਾਲਮੀਕਿ ਭਾਈਚਾਰੇ ਤੋਂ ਸ਼ਹਿਰੀ ਪ੍ਰਧਾਨ ਹੈ ਬਸੇ ਖਾਣਾ ਦੇ ਅਸੀਂ ਖੜੇ ਆ ਜੀ ਸਵਾਗਤ ਲਈ ਇਹਨਾਂ ਦੇ ਹਰ ਪਾਰਟੀ ਨੂੰ ਮੈਂ ਉਹਨਾਂ ਨੇ ਕਿਹਾ ਕਿ ਰੋਸ ਹੈ ਜੀ ਉਹਨਾਂ ਦੇ ਮਨਾਂ 'ਚ ਦੇਖੋ ਜੀ ਮੈਂ ਤਾਂ ਕਿਸੇ ਮੈਂ ਉਹਨਾਂ ਨਾਲ ਗੱਲ ਕਰ ਲੂੰਗਾ ਜੀ ਪਾਰਟੀ ਨਾਲ ਉਹ ਗੱਲ ਕਰ ਲੈਣ ਠੀਕ ਹੈ ਜੀ ਮੈਂ ਤਾਂ ਕੋਈ ਪੋਜੀਸ਼ਨ 'ਚ ਨਹੀਂ ਨਾ ਕਿ ਮੈਂ ਉਸ ਗੱਲ 'ਤੇ ਕੋਈ ਗੱਲ ਕਹਾਂ ਜਾਂ ਤਾਂ ਸਾਡਾ ਪਾਰਟੀ ਪ੍ਰਧਾਨ ਨਾਲ ਉਹ ਗੱਲ ਕਰ ਲੈਣ ਮੁੱਖ ਮੰਤਰੀ ਜੀ ਨਾਲ ਕਰ ਲੈਣ ਡਾਕਟਰ ਅਮਰ ਸਿੰਘ ਦਾ ਇਸ ਗੱਲ ਦਾ ਕੀ ਜਵਾਬ ਦੇਣਗੇ ਹਾਂਜੀ ਨਹੀਂ ਤੁਸੀਂ ਨਾਲ ਲੈ ਕੇ ਚੱਲੋਗੇ ਅਸੀਂ ਬਿਲਕੁਲ ਜੀ ਜਿਹੜਾ ਵੀ ਬੰਦਾ ਸਾਨੂੰ ਮਾੜਾ ਮੋਟਾ ਵੀ ਲੱਗਿਆ ਕਿ ਸਾਡੇ ਤੋਂ ਨਾਰਾਜ਼ ਹੋ ਤੇ ਘਰ ਜਾਵਾਂਗੇ ਬਣਾਵਾਂਗੇ ਉਹਨੂੰ ਬਿਲਕੁਲ ਕੀਤਾ ਜੀ ਇਦਾਂ ਤਾਂ ਆਪਣੇ ਬਹੁਤ ਭਾਈਚਾਰੇ ਨੇ ਆਪਣਾ ਹਿੰਦੁਸਤਾਨ ਬੜਾ ਇੱਕ ਰਲੀਆਂ ਮਿਲੀਆਂ ਆਪਣੀਆਂ ਕੌਮਾਂ ਨੇ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਾਂਗਰਸ ਪਾਰਟੀ ਇਸ ਤਰ੍ਹਾਂ ਦੀ ਹੈ ਕਿ ਸਾਰੇ ਭਾਈਚਾਰੇ ਨੂੰ ਉਹ ਨਾਲ ਲੈ ਕੇ ਚੱਲਦੀ ਹੈ ਬਿੱਟੀ ਜੀ ਬਗਾਵਤ ਕਰਨ ਦੀ ਗੱਲ ਆਖਿਆ ਉਹ ਤਾਂ ਗੁੱਸੇ 'ਚ ਕਹਿ ਦਿੰਦਾ ਜੀ ਬੰਦਾ ਐਸੀ ਕੋਈ ਗੱਲ ਹੀ ਨਹੀਂ ਮੈਨੂੰ ਆਪਣੀ ਲੀਡਰਸ਼ਿਪ ਦੀ ਗੱਲ ਕੀ ਹੈ ਸਿਆਣੀ ਲੀਡਰਸ਼ਿਪ ਦਾ ਹੀ ਫਾਇਦਾ ਹੁੰਦਾ ਹੈ ਕਿ ਸਾਡੀ ਕੈਪਟਨ ਸਾਹਿਬ 50 ਸਾਲ ਤੋਂ ਸਿਆਸਤ ਚੱਲੇ ਉਹਨਾਂ ਨੂੰ ਸਭ ਦਾ ਪਤਾ ਹੈ ਕਿ ਕਿਹੜੇ ਬੰਦੇ ਨੂੰ ਮੈਂ ਕਿਸ ਤਰ੍ਹਾਂ ਕਿੱਥੇ ਸੈਟਲ ਡਾਊਨ ਕਰਨਾ ਹੈ ਔਰ ਬਹੁਤ ਵਧੀਆ ਇਹ ਸਾਨੂੰ ਕੈਂਡੀਡੇਟ ਮਿਲੇ ਨੇ ਡਾਕਟਰ ਅਮਰ ਸਿੰਘ ਜੀ ਸੋ ਇਹ ਮੈਨੂੰ ਪੂਰਨ ਵਿਸ਼ਵਾਸ ਹੈ ਬਹੁਤ ਸਹੀ ਫੈਸਲਾ ਔਰ ਜਿਹੜੇ ਸਾਡੇ ਭੈਣ ਭਰਾ ਨੇ ਉਹ ਸਾਰੇ ਅਸੀਂ ਇਕੱਠੇ ਬਹਿ ਕੇ ਬਹੁਤ ਖੁਸ਼ ਹੈ ਪਾਰਟੀ ਨੇ ਆਪਣੇ ਐਪ ਐਡਜਸਟ ਕਰਨਾ ਹੈ।